ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਬੀਤੇ ਦਿਨੀ ਮੋਗਾ 'ਚ ਕੀਤੀ ਗਈ ਰੈਲੀ ਮਗਰੋਂ ਉਹ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਹਨ। ਇਸ ਦੇ ਚੱਲਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਰਾਹੁਲ ਗਾਂਧੀ 'ਤੇ ਕੀਤਾ ਗਿਆ ਪਲਟਵਾਰ ਸਾਹਮਣੇ ਆਇਆ ਹੈ। ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨਸ਼ੇ ਦੀ ਹਾਲਤ ਵਿੱਚ ਬਿਆਨ ਦਿੰਦੇ ਹਨ ਅਤੇ ਰਾਹੁਲ ਗਾਂਧੀ ਨੂੰ ਸਭ ਤੋਂ ਵਧੀਆ ਨਸ਼ਾ ਛੁਡਾਊ ਕੇਂਦਰ 'ਚ ਭੇਜਣ ਦੀ ਲੋੜ ਹੈ। ਰਾਹੁਲ ਗਾਂਧੀ ਜੀ ਪਤਾ ਨਹੀਂ ਕਿਹੜਾ ਨਸ਼ਾ ਕਰਦੇ ਨੇ ਕਿ ਕੀ ਬੋਲ ਰਹੇ ਨੇ ਅਤੇ ਕੀ ਹਕੀਕਤ ਹੈ, ਇਹਨਾਂ ਨੂੰ ਅਕਸਰ ਸਮਝ ਹੀ ਨਹੀਂ ਆਉਂਦਾ। ਮੈਨੂੰ ਲੱਗਦਾ ਸਭ ਤੋਂ ਵਧੀਆ ਨਸ਼ਾ ਛੁਡਾਊ ਕੇਂਦਰ 'ਚ ਤਾਂ ਇਹਨਾਂ ਨੂੰ ਭੇਜਣ ਦੀ ਲੋੜ ਹੈ। ਲੇਕਿਨ ਰਾਹੁਲ ਗਾਂਧੀ ਜੀ ਨੂੰ ਪਤਾ ਨਹੀਂ ਕਿਹੜੇ ਨਸ਼ੇ 'ਚ ਉਹਨਾਂ ਨੂੰ 70% ਨਸ਼ੇੜੀ ਦਿਖ ਗਏ। ਅੱਜ ਜਦ ਪੰਜਾਬ ਜਾਂਦੇ ਨੇ, 2 ਸਾਲ ਦੀ ਇਹਨਾਂ ਦੀ ਸਰਕਾਰ ਪੰਜਾਬ 'ਚ ਹੈ ਅਤੇ 2 ਸਾਲਾਂ 'ਚ ਪਹਿਲੀ ਵਾਰੀ 240 ਮਾਵਾਂ ਦੇ ਪੁੱਤ ਨਸ਼ੇ ਦੇ ਓਵਰਡੋਜ਼ ਦੇ ਨਾਲ ਉਹਨਾਂ ਦੀ ਜਾਨ ਨਿਕਲ ਗਈ ਹੈਗੀ। ਕਿ ਉਹਨਾਂ ਤੋਂ ਜਾ ਕੇ ਰਾਹੁਲ ਗਾਂਧੀ ਜੀ ਨੇ ਪੁੱਛਿਆ ਉਹਨਾਂ ਮਾਵਾਂ ਨੂੰ ਕਿ ਨਸ਼ਾ ਕਿੰਨਾ ਆਮੋ ਆਮ ਵਿਕਦਾ ਹੈ ਕਿ ਖਤਮ ਹੋ ਗਿਆ, ਅਤੇ 250 ਨੌਜਵਾਨ ਮਰ ਕਿਵੇਂ ਗਏ।